ਹਾਂਜੀ ਤੇ ਭੈਣ ਸੌਂਦੇ ਵੀ ਰੇਤਾ ਦੇ ਹੀ ਏ ਉਹ ਨਹੀਂ ਨਹੀਂ ਇੱਥੇ ਮਾਲ ਡੰਗਰ ਆ ਕੇ ਆਪੇ ਹੀ ਸੌ ਜਾਂਦਾ ਜੀ ਜਿਹੜੇ ਇਹਦੇ ਰਖਵਾਲੀ ਕਰਦੇ ਆ ਕੁੱਤੇ ਰੱਖੇ ਆ ਪੰਜ ਪੰਜ ਚਾਰ ਤੇ ਤੁਸੀਂ ਕਿਉਂ ਨਹੀਂ ਸੌਂਦੇ ਮੈਂ ਉੱਥੇ ਡੇਰੇ ਹੀ ਹੁੰਦਾ ਜੀ ਉੱਥੇ ਬੰਨਿਆ ਹੁੰਦਾ ਤੁਹਾਨੂੰ ਅੱਛਾ ਨਾਲ ਇੱਕ ਮਿਸਤਰੀ ਵੀ ਭੇਜਣਾ ਤੁਸੀਂ ਜਿਹਨੇ ਲਾਣੀ ਆ ਨਹੀਂ ਨਹੀਂ ਉਹ ਅਸੀਂ ਦੁਆ ਕਰਦੇ ਆ ਰੇਤ ਆਪੇ ਲੈ ਜਾਏਗੀ ਚਲੋ ਖੈਰ ਹੋਵੇ ਓ ਯਾਰ ਭਾਈ ਤੇ ਮਿਸਤਰੀ ਨੂੰ ਪੈਸੇ ਦੇ ਦਾਂਗਾ ਕੱਪੜ ਖਾਏਗਾ ਐਡਾ ਤੂੰ ਮਿਸਤਰੀ ਦਾ ਭਾਈ ਮਿਸਤਰੀ ਦੇ ਪੈਸੇ ਵੇਚੀ ਮੈਂ ਤੈਨੂੰ ਦੱਸਦਾ ਅੱਲਾ ਉਹ ਸਿਰ ਇੱਟ ਦਾ ਕੀ ਰੇਟ ਆ ਭਾਣ ਇੱਟ ਇਸ ਟਾਈਮ 1200 ਨੂੰ ਆ ਜੀ ਤੇ ਲੜਾਈ ਵਾਲੀ ਓ ਭੋਲੇ ਰਜ਼ਵਾਨ ਕਿੱਥੇ ਆ ਉਹ ਸ਼ਫੀਅਲ ਭੇਜਦਾ ਸਮਾਨ ਸਾਰਾ ਹਾਂਜੀ ਭੇਜਦਾ ਜੀ लग नहीं रहे मैनू हाफ साहब तुसी हुण तेरे सामने बाहर गड्डी च वजा फिर मैं हाफ जा ਪਾਇਨ ਨਹੀਂ ਚਿਹਰੇ ਤੇ ਵੀ ਥੋੜਾ ਕਿ ਨੂਰ ਹੋਣਾ ਚਾਹੀਦਾ ਨਾ ਹਫਜ਼ ਹੋਣ ਲਈ ਨੂਰ ਦੀ ਸਾਡੇ ਕੋਲ ਮੁਲਾਜ਼ਮਤ ਰਿਹਾ ਕਾਫੀ ਦੇਰ ਉਹ ਭਾਈ ਨੂਰ ਨਹੀਂ ਚਿਹਰੇ ਤੇ ਜਿਹੜਾ ਨੂਰ ਹੁੰਦਾ ਅਸਲ 'ਚ ਨਾ ਇਹ ਹਫਜ਼ ਹੈ ਅੱਛਾ 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 ਭਾਈ ਇਹ ਤੁਹਾਡਾ ਹਾਂਜੀ ਛੋਟਾ ਭਾਈ ਹੈ ਮੈਨੂੰ ਲੋਕ ਅੰਦਾਜ਼ੇ ਨਾਲ ਹੀ ਹਫਜ਼ ਕਹੀ ਜਾਂਦੇ ਤੇ ਕੈਸੀ ਗੱਲ ਆ ਆ ਵੀ ਤੁਹਾਡਾ ਭਾਈ ਨਹੀਂ ਲੱਗ ਰਿਹਾ ਤੁਸੀਂ ਕਿੱਧਰ ਮੈਂ ਭੈਣ ਐਚ ਡੀ ਅੱਲਾ ਬਾਗ ਨਾ ਮਕਾਨ ਆ ਇੱਕ ਆਪਣਾ ਦਿੱਤਾ ਅੱਛਾ ਜੀ 10 ਮਰਲੇ ਦਾ ਅੱਛਾ ਜੀ ਮਸਲਾ ਉਹ ਸਿਰ ਇੱਟ ਦਾ ਕੀ ਰੇਟ ਆ ਭੈਣ ਇੱਟ ਇਸ ਟਾਈਮ 1200 ਨੂੰ ਆ ਜੀ ਤੇ ਲੜਾਈ ਵਾਲੀ ਉਹ ਕਾਲੀ ਚ ਅੱਲਾ ਵਾਸਤੇ ਵੀ ਲੈ ਜਾਂਦੇ ਆ ਤੇ ਭੈਣ ਆਪਣਾ ਸੀਮਟ ਵੀ ਹੁੰਦਾ ਆਪਣੇ ਕੋ ਸੀਮਟ ਵੀ ਹੁੰਦਾ ਕੀ ਰੇਟ ਸੀਮਟ ਦੀ ਬੋਰੀ ਦਾ ਇਹ ਮੁxtਲਫ ਰੇਟ ਆ ਜੀ ਮੁxtਲਫ ਕੰਪਨੀਆਂ ਦੇ ਆ ਸਾਡੇ ਕੋ ਤੇ ਵੈਸੇ ਆਮ ਜਿਹੜਾ ਰੁਟੀਨ ਚ ਆ ਰਿਹਾ ਕਿਹੜਾ ਵਾ ਉਹ 1040 ਆ ਜੀ 1040 ਸਹੀ ਤੇ ਚਿੱਟਾ ਸੀਮਟ ਵੀ ਹੁੰਦਾ ਚਿੱਟਾ ਸੀਮਟ ਪਿਆ ਥੋੜਾ ਜਿਹਾ ਪਿਆ ਹੋਣਾ ਚਿੱਟਾ ਸੀਮਟ ਵੀ ਹੁੰਦਾ ਆਪਣੇ ਕੋਲ ਤੁਹਾਡੇ ਕੋਲ ਹਾਂਜੀ ਨਹੀਂ ਭੈਣ ਮੈਂ ਮੰਨਦਾ ਨਹੀਂ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਕਿ ਤੁਹਾਡੇ ਕੋਲ ਚਿੱਟਾ ਸੀਮਟ ਹੋਵੇ ਇਹਨੂੰ ਗਦਾਵੇ ਲੈ ਜਾਣ ਨੂੰ ਚਿੱਟਾ ਸੀਮਟ ਦਿਖਾ ਕੇ ਲਿਆ ਨਹੀਂ ਹੋਣਾ ਭੈਣ ਮੈਨੂੰ ਪਤਾ ਵਾ ਹੈਗਾ ਭੈਣ ਤੁਹਾਨੂੰ ਚਿੱਟੇ ਰੰਗ ਤੋਂ ਨਫ਼ਰਤ ਦੀ ਬਹੁਤ ਹੋਣੀ ਮੇਰੇ ਖਿਆਲ ਨਾਲ ਇਹ ਰਜ਼ਵਾਨ ਜਾਂਦਾ ਤੁਸੀਂ ਇਸ ਕਰਕੇ ਨਹੀਂ ਜਾਂਦੇ ਉੱਥੇ ਚਿੱਟਾ ਸੀਮਟ ਜੋ ਪਿਆ ਵਾ ਨਹੀਂ ਨਹੀਂ ਉੱਥੇ ਹੋਰ ਵੀ ਸਾਡਾ ਕਾਫੀ ਮਟੀਰੀਅਲ ਪਿਆ ਅੱਛਾ ਬਜਰੀ ਪਈ ਭੈਣ ਬਜਰੀ ਪਈ ਆ ਅੱਛਾ ਤੇ ਕਿੰਨੇ ਰੁਪਏ ਫੋਟੋ ਉਹ ਤੁਹਾਨੂੰ ਮਿਲ ਜਾਏਗੀ ਹੁਣ ਕੀ ਉਹ ਮਾਰਕੀਟ ਦਾ ਰੇਟ ਕੀ ਹੈ 120 ਰੁਪਏ 120 ਰੁਪਏ ਫੁੱਟ ਹਾਂਜੀ ਤੇ ਫੁੱਟ 'ਚ ਭਾਣ ਕਿੰਨੇ ਕੁ ਦਾਣੇ ਚੜ ਜਾਂਦੇ ਬਜਰੀ ਦੇ ਇੱਕ ਫੁੱਟ 'ਚ ਕਦੀ ਗਿਣੇ ਨਹੀਂ ਅਸੀਂ ਕਾਫੀ ਹੁੰਦੇ ਆ ਕਿੰਨੇ ਕੁ ਹੋ ਜਾਂਦੇ ਮਸਲਨ ਤੁਸੀਂ ਆਪਣੇ ਮਕਾਨ ਨੂੰ ਬਜਰੀ ਗਿਣ ਕੇ ਲਾਉਣੀ ਆ ਭਾਣ ਤੁਸੀਂ ਗੱਲ ਨਹੀਂ ਸਮਝ ਰਹੇ ਮੈਂ ਤੁਹਾਨੂੰ ਪੁੱਛ ਰਿਹਾ ਫੁੱਟ 'ਚ ਕਿੰਨੇ ਕੁ ਆਪਣਾ ਦਾਣੇ ਚੜ ਜਾਣਗੇ ਜੇ ਤੇ ਦਾਣਾ ਮੋਟਾ ਹੋਵੇ 350 ਤੋਂ ਉੱਤੇ ਹੀ ਹੁੰਦੀ ਆ ਅੱਛਾ ਤੇ ਭਾਵੇਂ ਲਾਲ ਹੁੰਦੀ ਬਜਰੀ ਉਹ ਤੁਸੀਂ ਬਜਰੀ ਕੋਠੇ 'ਚ ਪਾਉਣੀ ਆ ਜਾਂ ਭੁੰਨ ਕੇ ਖਾਣੀ ਆ ਲਾਲ ਅੱਛਾ ਭੁੰਨੀ ਹੋਈ ਨਹੀਂ ਹੁੰਦੀ ਜਣੀ ਉਹ ਛੱਲੀ ਭੁੰਨੀ ਹੁੰਦੀ ਆ ਭਾਈ ਜਾਂ ਗੋਸ਼ਤ ਭੁੰਨਵਾ ਹੁੰਦਾ ਜਿਹੜਾ ਅਸੀਂ ਖਾਈਦਾ ਯਾਰ ਭਾਣ ਤੁਸੀਂ ਆਪ ਹੀ ਕਹਿ ਰਹੇ ਭੁੰਨੀ ਹੋਈ ਬਜਰੀ ਹੋਰ ਆ ਤੇ ਦੂਸਰੀ ਬਜਰੀ ਹੋਰ ਆ ਉਹ ਭਾਈ ਤੈਨੂੰ ਪਤਾ ਨਹੀਂ ਕਿਤੇ ਗਲਤ ਕਿਸੇ ਨੇ ਗਾਈਡ ਕਰਤਾ ਬਜਰੀ ਬਜਰੀ ਹੁੰਦੀ ਆ ਓਏ ਬਜਰੀ ਬਜਰੀ ਕਹਿ ਰਹੇ ਆ ਬਜਰੀ ਮੈਂ ਵੀ ਬਜਰੀ ਦੀ ਗੱਲ ਕਰ ਰਹੇ ਆ ਭੈਣ ਬਜਰੀ ਦਾ ਰੇਟ ਤੁਸੀਂ ਮੈਨੂੰ ਦੱਸਿਆ 120 ਰੁਪਈਏ 120 ਤੇ ਨਮਕੀਨ ਲੱਗ ਹੁੰਦੀ ਮਿੱਠੀ ਲੱਗ ਹੁੰਦੀ ਆ ਇਹ ਤੁਸੀਂ ਮੈਨੂੰ ਖਾਂਦੀ ਪੀਂਦੀ ਫੈਮਿਲੀ ਦੇ ਲੱਗੇ ਹੋ ਅਲਹਮਦੁਲਿਲਾ ਭੈਣ ਇਹ ਵਾਲ ਸਾਹਿਬ ਤੁਹਾਡੇ 2 ਪਲੇਟਾਂ ਰੇਤ ਦੀਆਂ ਖਾ ਜਾਂਦੇ ਹੋਣੇ ਆ ਭੈਣ ਤੁਸੀਂ ਇਹ ਦੇਖੋ ਭੈਣ ਤੁਹਾਡੇ ਭਾਈ ਮਜ਼ਾਕ ਕਰ ਰਹੇ ਨੇ ਮੈਂ ਮਜ਼ਾਕ ਨਹੀਂ ਕਰਦਾ ਮਜ਼ਾਕ ਤੁਸੀਂ ਸ਼ੁਰੂ ਕਰਨ ਲੱਗੇ ਆ ਮੈਂ ਕਿਹੜਾ ਮਜ਼ਾਕ ਅਸੀਂ ਮਜ਼ਾਕ ਨਹੀਂ ਕਰਦੇ ਸਾਡੀ ਦੁਕਾਨਦਾਰੀ ਹੈ ਉਹ ਭੈਣ ਮੈਂ ਇੰਨਾ ਮਸਲਾ ਨਾਮ ਸੁਣਿਆ ਹਫਜ਼ ਬਿਲਡਿੰਗ ਮਟੀਰੀਅਲ ਵਾਲਿਆਂ ਦਾ ਮੈਨੂੰ ਪੂਰੇ ਇਲਾਕੇ 'ਚ ਅਲਹਮਦੁਲਿਲਾ ਜਿੰਨੇ ਵੀ ਘਰ ਬਣੇ ਆ ਸਾਡੇ ਡੰਡ ਜ਼ੋਰ ਤੇ ਮਟੀਰੀਅਲ ਇੱਥੋਂ ਗਿਆ ਮਜ਼ਦੂਰੀ ਮਜ਼ਦੂਰੀ ਵੀ ਕਰ ਲੈਂਦੇ ਨਹੀਂ ਇਹ ਮਜ਼ਦੂਰੀ ਵਾਲਾ ਸ਼ੋਭਾ ਲੈਦਾ ਅੱਛਾ ਉਹਦੇ ਵਾਸਤੇ ਅਸੀਂ ਇਲਾਕਾ ਰੱਖੇ ਆ ਮਜ਼ਦੂਰ ਉਹ ਇਧਰ ਪਰ ਇੱਕ ਦਾਮੇ ਆ ਮੈਂ ਭੈਣ ਇਹੀ ਤਾਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਬਜਰੀ ਦਾ ਤੁਸੀਂ ਮੈਨੂੰ ਰੇਟ ਜੋ ਦੱਸਦਾ 120 ਰੁਪਏ 120 ਆ ਬਜਰੀ ਠੀਕ ਆ ਲਾਲ ਬਜਰੀ ਕਿੰਨੇ ਦੀ ਹੈ ਲਾਲ ਬਜਰੀ ਜਿਹੜੀ ਭੁੰਨੀ ਹੋਈ ਹੁੰਦੀ ਆ ਸਰ ਬਜਰੀ ਦਾ ਹੁੰਦਾ ਰੰਗ ਇਹ ਚੂਹੇ ਕਲਰ ਜੇ ਆ ਯਾਨੀ ਕਿ ਤੁਹਾਡੇ ਰੰਗ ਵਰਗਾ ਚੂਹਾ ਕਲਰ ਆ ਉਹ ਬਰੋਣਾ ਛੋਟੇ ਭਾਈ
जिस तरह का पत्थर का कलर हों बजरी कुटी जाती है जी तुम बजरी कुटते ना यार दोस्तों बह के वह बजरी होर है जिस इलाके रहने मरला छब्बी कनाल यार छब्बी कनाल च भी कभी मरला सुने जिथे दाड़ी एडी एडी बताती है भाई तो तू भी तो उही गल करी जा रहा मैं तेन उही कह रहा यार यार भाई कैसा इंसान है यार ताडा भाई है यार लगन तो दे नहीं भाई ताडा सही तरीके नाल डील ओए भाई असी गाहक नूं डील करदे आ प्यार मुहब्बत नाल समझ आई है बजरी जिहड़ी हुंदी है इह कलर हुंदे मुख्तलिफ ते भाण आ देखिया कलर होवे ना मुख्तलिफ हां जी ते तुसी हुणी कह रहे मैं लाही ते कह रहा लाल रंग दी बजरी चाहीदी है मैं देख रहा तेरे को पैसा धेला भी है कि सिर्फ सिर खाना आया अच्छा लाल रंग दी बजरी अच्छा भाण नमक पा के दोगे उत्ते हाँ जी नमक पा के देंगे रायता पा के देंगे रायता कांडी ना पायो नहीं मैं गुआंडी ना पाउणा ओ यार भाई देख यार अच्छा मैं तू तेरी गल दा ही जवाब दे रहा अच्छा गार्डर भी होंदे अपने को साडे को गार्डर भी होंदे बार्डर भी होंदे आ ओ जदों साडा बिल्डिंग मटेरियल दा काम आ ए सारी चीजां साडे को मौजूद है टेस्टर है ताडे को टेस्टर ਹੁਣ ਕੀ ਟੈਸਟ ਕਰਨਾ ਮੈਂ ਤੁਹਾਡਾ ਮੂੰਹ ਸ਼ਾਟ ਕਰਨਾ ਤੇਰੀ ਗੁਫ਼ਤਗੂ ਨਾ ਮੈਂ ਵੀ ਤੁਹਾਨੂੰ ਆਹੀ ਕਹਿ ਰਿਹਾ ਕਿ ਤੁਹਾਡਾ ਰੇਤ ਰੂਤ ਰੇਤ ਵੀ ਹੈ ਸਾਡੇ ਕੋ ਤੇ ਭੈਣ ਦਿਖਾਓ ਰੇਤ ਕਿੱਥੇ ਆਓ ਰੇਤ ਤਾਂ ਸਾਹਮਣੇ ਪਈ ਆਓ ਭੈਣ ਗਿੱਲੀ ਰੇਤ ਜਿਹੜੀ ਹੈ ਨਾ ਉਹ ਚਾਹੀਦੀ ਹੈ ਅਸੀਂ ਤੁਹਾਨੂੰ ਗਿੱਲੀ ਰੇਤ ਦੇਾਂਗੇ ਨਾਲ ਪੰਜ ਸੱਤ ਕੁੱਤੇ ਵੀ ਦੇਾਂਗੇ ਜਿਹਨਾਂ ਨੇ ਬਹਿ ਕੇ ਉੱਤੇ ਆਰਾਮ ਕਰਨਾ ਹੁੰਦਾ ਨਹੀਂ ਤੇ ਤੁਸੀਂ ਪਾ ਕੇ ਤੇ ਮੈਂ ਜੇ ਨਾਲ ਤਿੰਨ ਕ ਹੋਰ ਦੇ ਦੇਣਾ ਸਾਡੇ ਕੋਲ ਹੈ ਨਾ ਆਪਣੇ ਕੁੱਤੇ ਵੀ ਮੈਂ ਦੇਖ ਰਿਹਾ ਮੈਂ ਭਾਜੀ ਇਹ ਹੁਣ ਆਪਣੇ ਜੋ ਕਿਹਨੂੰ ਕੁੱਤਾ ਸਮਝ ਰਿਹਾ ਤੈਨੂੰ ਕਿ ਮੈਨੂੰ ਤੁਸੀਂ ਇਤਫਾਕਨ ਗਲਤ ਮਹਿਸੂਸ ਕਰ ਗਏ ਜੇ ਮੈਂ ਤੁਹਾਡੇ ਦੋਨੋਂ ਚ ਇੱਕ ਹੀ ਗਿਆ ਵਾ ਤੁਹਾਡਾ ਮੇਰਾ ਮਜ਼ਾਕ ਤਾਂ ਕੋਈ ਨਹੀਂ ਨਹੀਂ ਭੈਣ ਤੁਸੀਂ ਸਿਰਫ ਗਾਹਕ ਆ ਜੀ ਭੈਣ ਗਾਹਕ ਰੱਬ ਦੀ ਰਹਿਮਤ ਹੁੰਦਾ ਜੀ ਜਿਹਦੀ ਵਜ੍ਹਾ ਨਾਲ ਮੈਂ ਤੈਨੂੰ ਕੱਖ ਨਹੀਂ ਕਹਿ ਰਿਹਾ ਉਹ ਯਾਰ ਭਾਈ ਵਰਨਾ ਗੁਫ਼ਤਗੂ ਤੇਰੀ ਇੱਕ ਮਿੰਟ ਤੋਂ ਪਹਿਲੇ ਛਿੱਤਰ ਖਾਣ ਵਾਲੀ ਹੈ ਦੁਕਾਨਦਾਰੀ ਕਰਦੇ ਆ ਇੱਕ ਅਰਸਾ ਅਸੀਂ ਜੱਦੀ ਪੁਸ਼ਤੀ ਬਿਲਡਿੰਗ ਮਟੀਰੀਅਲ ਸਟੋਰ ਦੇ ਮਾਲਕ ਆ ਭਾਈ ਜੀ ਇੱਥੇ ਸਿਗੜ ਵਜਾਇਆ ਆ ਕੇ ਸਣੇ ਮੈਨੂੰ ਤੇਰੀ ਗੱਲ ਕੋ ਸਮਝ ਨਹੀਂ ਆ ਰਹੀ ਭਾਈ ਨੇ ਪਾਣ ਖਾਂਦਾ ਇਹ ਮੂੰਹ ਨਾ ਵੈੜਾ ਕੀਤਾ ਵਾ ਮੈਂ ਕਿਹਾ ਸ਼ਾਇਦ ਲੋਹਾ ਖਾ ਕੇ ਤੋਂ ਪਾਣੀ ਪੀ ਲਿਆ ਜੰਗ ਲੱਗ ਗਿਆ ਸਰ 10 ਮਰਲੇ ਦਾ ਤੁਸੀਂ ਘਰ ਦੱਸ ਰਹੇ ਹੋ ਗੁਫ਼ਤਗੂ ਤੁਹਾਡੀ ਮਾਈ ਦੀ ਝੁੱਗੀ ਵਾਲੀ ਆ ਐ ਗੱਲ ਜ਼ਬਾਨ ਫੜ ਕੇ ਨਹੀਂ ਕਹਿਣੀ ਤੁਸੀਂ ਮਾਈ ਦੀ ਝੁੱਗੀ ਤੁਸੀਂ ਮੁਸਲਮ ਟਾਊਨ ਕਹੀ ਜਾਓ ਤੁਸੀਂ ਵੀ ਰੇਤਾ ਤੇ ਦਿਖਾਓ ਭਾਈ ਨੂੰ ਦੇਖੋ ਤੁਸੀਂ ਇੱਥੇ ਬੈਠੇ ਫਜ਼ੂਲ ਹੀ ਟਾਈਮ ਮੇਰਾ ਜ਼ਾਇਆ ਕਰ ਰਹੇ ਜੀ ਜਿਹੜਾ ਮੈਂ ਰਾਤੀ ਡੈਂਪਰ ਲਵਾਇਆ ਨਾ ਉਹਦੇ ਚ ਦਿਖਾ ਜਾ ਇਹਨਾਂ ਨੂੰ ਚਲੋ ਆਓ ਅੱਛਾ ਭਾਈ ਨੂੰ ਇੱਟਾਂ ਲਾ ਹੈ ਲੜਾਈ ਵਾਲੀ ਇੱਟਾਂ ਵੀ ਚਾਹੀਦੀਆਂ ਉਹ ਫੇਰ ਕਿਸੇ ਦਿਨ ਲੈ ਜਾਣਾ ਉਹ ਨਹੀਂ ਅੱਜ ਹੀ ਚਾਹੀਦੀਆਂ ਨੇ ਯਾਰ ਭਾਈ ਪਤਾ ਕੀ ਗੱਲ ਇੱਧਰ ਸਾਡੇ ਬਣ ਰਿਹਾ ਨਾਲ ਇੱਕ ਸਕੂਲ ਅੱਛਾ ਅਸੀਂ ਉਹਨਾਂ ਨੂੰ ਮਾਲ ਦੇ ਰਹੇ ਆ ਕਿਹਨਾਂ ਨੂੰ ਸਕੂਲ ਵਾਲਿਆਂ ਨੂੰ ਐਸ ਮੂੰਹ ਕੋ ਮਾਲ ਲੈ ਜਾਂਦੇ ਆ ਉਹ ਛੋਟੇ ਭਾਈ ਜਦੋਂ ਮਾਲ ਦੀ ਗੱਲ ਹੁੰਦੀ ਹੈ ਛੋਟਾ ਭਾਈ ਮੈਂ ਕਿਹੜਾ ਤੇਰਾ ਛੋਟਾ ਭਾਈ ਲੱਗਦਾ ਵਾਂ ਕਿਸੇ ਐਂਗਲ ਤੋਂ ਦੱਸ ਦੇ ਮੈਂ ਤੇਰਾ ਛੋਟਾ ਭਾਈ ਲੱਗਦਾ ਵਾਂ ਤੂੰ ਰੇਤ ਬਜਰੀ ਰਹਿਣ ਦੇ ਪਹਿਲੇ ਅੱਖਾਂ ਦਾ ਕੋਈ ਡਰਾਪਰ ਲਿਆ ਆਪਣੇ ਦੀਦੇ ਸਹੀ ਕਰ ਜਦੋਂ ਸਲਮਾਨ ਖਾਨ ਆਇਆ ਉਹਨੇ ਮੇਰੇ ਨਾਲ ਕਿੰਨਾ ਪਿਆਰ ਕੀਤਾ ਤੈਨੂੰ ਪਤਾ ਨਹੀਂ ਮੇਰਾ ਖਿਆਲ ਤੁਸੀਂ ਪੀੜੀਏ ਨਾਲ ਉਹਦੇ ਕੋਲ ਨਹੀਂ ਪਾਇਨ ਤੁਹਾਨੂੰ ਪਿਆਰ ਕੀਤਾ ਨੇ ਸਲਮਾਨ ਠੀਕ ਆ ਆਓ ਚਲੀ ਉਧਰ ਰੇਤਾ ਦਿਖਾਓ ਐਵੇਂ ਤਲਕ ਵਧਾਈ ਆ ਰਿਹਾ ਯਾਰ ਤੇਰਾ ਭਰਾ ਯਾਰ ਪਤਾ ਨਹੀਂ ਕੈਸੇ ਆਸਾ ਪਾਇਨ ਗਾਹਕ ਆ ਗਿਆ ਉਹਨਾਂ ਨੂੰ ਅੱਛੇ ਤਰੀਕੇ ਨਾਲ ਡੀਲ ਕਰੋ ਉਹਨਾਂ ਕੋਲ ਕੋਈ ਪੈਸੇ ਲਈਏ ਤੁਹਾਨੂੰ ਪਤਾ ਮਕਾਨ ਦਾ ਪਾਇਨ ਲਾਗੇ ਛਾਗੇ ਤੁਹਾਡੇ ਕੋਈ ਸੇਮ ਕੋਈ ਗੰਦਾ ਨਾਲਾ ਵੀ ਆ ਨਹੀਂ ਮੈਨੂੰ ਬੋ ਫਿਰ ਤੁਹਾਡੇ ਕੋਲ ਆ ਰਹੀ ਆ ਸਾਹਿਬ ਬੋ ਮੇਰੇ ਕੋਲੋਂ ਕਾਹਦੇ ਨਾਲ ਆ ਗਈ ਹਲੇ ਸਾਲ ਨਹੀਂ ਹੋਇਆ ਮੈਨੂੰ ਨਾਤੇ ਨੂੰ ਲੋਕ ਕੰਨ ਸਾਫ ਕਰਾਉਂਦੇ ਤੂੰ ਨੱਕ ਸਾਫ ਕਰਾ ਕੇ ਆ ਗਿਆ ਇਹਨੂੰ ਰੇਤਾ ਵਿਖਾ ਉਹ ਰੇਤਾ ਵਿਖਾ ਕੀ ਲਾਸ਼ ਆ ਜਿਹੜੀ ਦੇਖਣੀ ਮੈਂ ਉਹ ਰੇਤਾ ਮੈਨੂੰ ਦੇ ਭਾਈ 10 ਮਰਲੇ ਦਾ ਮਕਾਨ ਐਵੇਂ ਲਿਆ ਜਾਂਦਾ ਰੇਤ ਤੈਨੂੰ ਦੇ ਕੇ ਭੇਜਾਂਗੇ ਪੈਸੇ ਹੈ ਤੇਰੇ ਕੋਲ ਪੈਸੇ ਬੜੇ ਪੈਸੇ ਨਹੀਂ ਟੈਨਸ਼ਨ ਲਈ ਕਦੇ ਵੀ ਆਇਆ ਕਿੱਥੋਂ ਆ ਹਾਂਜੀ ਆਇਆ ਕਿੱਥੋਂ ਆ ਮੈਨੂੰ ਉਹ ਉੱਥੇ ਬੰਦਾ ਲੈ ਕੇ ਬੰਦਾ ਲਿਫਟ ਲਈ ਸੀ ਉਹ ਲਾ ਕੇ ਗਿਆ ਸਾਈਕਲ ਤੇ ਮੈਨੂੰ ਜਿਸ ਦੁਕਾਨਦਾਰ ਕੋ ਸੌਦਾ ਸਹੀ ਹੁੰਦਾ ਨਾ ਕਸਟਮਰ ਉੱਥੇ ਆਉਂਦਾ
ਆਹੋ ਤੁਹਾਡੇ ਕੋਲ ਤਦੀ ਰਸਾ ਲੱਗਾ ਹੋਇਆ ਫਾਂਸੀ ਲੈਂਦੇ ਇਹਨਾਂ ਨਹੀਂ ਇਹਨਾਂ ਸ਼ਾਮ ਨੂੰ ਲੈਲੇ ਬੰਨ ਹੀ ਰਹੇ ਆ ਤੇ ਆਹ ਤੇ ਬੰਨ ਗਿਆ ਉਹ ਪਹਿਲਾਂ ਉਹ ਬੜੇ ਭਾਈ ਛੋਟੇ ਭਾਈ ਜਦੋਂ ਗੋਹ ਬੰਨੀ ਦੀ ਆ ਉੱਥੇ ਰਸੇ ਦੀ ਜ਼ਰੂਰਤ ਹੁੰਦੀ ਆ ਓਏ ਤੂੰ ਕਿਹਾ ਕਰ ਜਦੋਂ ਗੋਹ ਬੰਨੀ ਦੀ ਆ ਓਏ ਗੋ 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 ਉਹ ਜਿਵੇਂ ਕਹੀਦਾ ਯੂ ਕੈਨ ਗੋ ਅੱਛਾ ਅੱਛਾ ਯੂ ਕੈਨ ਗੋ ਤੋ ਅਲਫਾ ਅਲਵਾ ਹੋ ਨੂਨ ਪੇਸ਼ਵਾ ਨੋ ਯੂ ਕੈਨ ਗੋ ਤੇਰੇ ਸਪੈਲਿੰਗ ਦੇ ਸਦਕੇ ਜਾਵਾਂ ਮੈਂ ਨਾ ਯਕੀਨ ਕਰੋ ਮੈਨੂੰ ਨਹੀਂ ਯਕੀਨ ਆਉਂਦਾ ਤੇਰੇ ਤੇ ਮਾਨੇ ਰਿਸ਼ਤੇਦਾਰੀਆਂ ਨਾ ਬਣਾਓ ਮੈਨੂੰ ਪੈੜ ਦਿਓ ਮੈਂ ਬਿੱਲ ਬਣਾਵਾ ਸਮਾਨ ਲਿਖਾ ਇਹਨਾਂ ਦਾ ਯਾਰ ਘਰ ਵੀ ਇੰਜ ਹੀ ਕਰਦਾ ਬੰਦਾ ਯਾਰ ਮੈਂ ਬਾਹਰ ਵੀ ਇੰਜ ਹੀ ਕਰਦਾ ਜੇ ਇੰਜ ਕਰਦਾ ਤੈਨੂੰ ਸੋਹਣਾ ਲੱਗਦਾ ਦੱਸ ਦੇ ਅੱਛਾ ਮੈਂ ਇਹੀ ਸਮਝ ਰਿਹਾ ਪਤਾ ਨਹੀਂ ਇਹ ਖੁੱਸੇ ਨੂੰ ਤਸਮੇ ਪਾਏ ਲੁਕਵਾ ਕੁਛ ਹੁਣ ਕੀ ਗੱਲ ਦੱਸ ਕੀ ਲੈਣਾ ਭੈਣ ਦੋ ਇੱਟਾਂ ਮੈਨੂੰ ਇਹ ਦੱਸੋ ਤੁਹਾਡੀ ਜਗ੍ਹਾ ਦੀ ਰਜਿਸਟਰੀ ਕੀ ਲਿਆ ਉਹ ਪੁੱਤਰ ਤੂੰ ਲੈਣਾ ਕੀ ਹੈ ਭਾਜੀ ਰੇਤਾ ਚਾਹੀਦੀ ਹੈ ਇਹਨੂੰ ਰੇਤਾ ਵਾਲੇ ਸਾਈਡ ਤੇ ਲੈ ਕੇ ਚਲੋ ਕੱਪ ਤੂੰ ਐਵੇਂ ਪਾਈ ਹੈ ਜਿਵੇਂ ਪਤਾ ਨਹੀਂ ਤੂੰ ਕਿੰਨਾ ਕੁ ਸਾਡੇ ਕੋਲ ਮਟੀਰੀਅਲ ਲੈਣਾ ਭਾਈ ਰੇਤਾ ਚੀਜ਼ ਨਹੀਂ ਹੈ ਸਮਾਨ ਨਹੀਂ ਹੈ ਉਹ ਰੇਤਾ ਸਮਾਨ ਚ ਹੀ ਆਉਂਦਾ ਹੈ ਆ ਵਾਸਤੇ ਲੈਣਾ ਮੈਂ ਦੇਖੋ ਦੱਸ ਕਿੰਨੀ ਲੈਣੀ ਰੇਤ ਰੇਤਾ ਦਿਖਾਓ ਤਾਂ ਸਹੀ ਪਹਿਲਾਂ ਮੈਨੂੰ ਚਲੋ ਆਓ ਆਓ ਅਸਲਾਮ ਅਲੈਕਮ ਹਾਂਜੀ ਭੈਣ ਹਾਂਜੀ ਐ ਵਾ ਰੇਤਾ ਆਪਣੀ ਹਾਂਜੀ ਆ ਰੇਤਾ ਉਹ ਅੱਗੇ ਤੱਕ ਆਪਣੀ ਹੈ ਬੇਚਾਰੀ ਉਹ ਮਾਸ਼ਾਅੱਲਾ ਉਹ ਪੂਰੀ ਆਪਣੇ ਹਾਂਜੀ ਹਾਂਜੀ ਮਾਸ਼ਾਅੱਲਾ ਬਿਜ਼ਨਸ ਤਾਂ ਕਾਫੀ ਅੱਛਾ ਵੱਡਾ ਵੱਡਾ ਬਿਜ਼ਨਸ ਆ ਸਾਡਾ ਮੈਂ ਦੇਖ ਲਿਆ ਭਾਂ ਰੇਤਾ ਦਾ ਹਿਸਾਬ ਲਾ ਲਿਆ ਹਾਂਜੀ ਤੇ ਭੈਣ ਸੋਂਦੇ ਵੀ ਰੇਤਾ ਦੇ ਹੀ ਏ ਉਹ ਨਹੀਂ ਨਹੀਂ ਇੱਥੇ ਮਾਲ ਡੰਗਰ ਆ ਕੇ ਆਪੇ ਹੀ ਸੌਂ ਜਾਂਦਾ ਜੀ ਜਿਹੜੇ ਇਹਦੇ ਰਖਵਾਲੀ ਕਰਦੇ ਆ ਕੁੱਤੇ ਰੱਖੇ ਆ ਪੰਜ ਪੰਜ ਚਾਰ ਤੇ ਤੁਸੀਂ ਕਿਉਂ ਨਹੀਂ ਸੌਂਦੇ ਮੈਂ ਉੱਥੇ ਡੇਰੇ ਹੀ ਹੁੰਦਾ ਜੀ ਉੱਥੇ ਬੰਨਿਆ ਹੁੰਦਾ ਤੁਹਾਨੂੰ ਭੈਣ ਮੈਂ ਕਹਿਣ ਦਾ ਮਤਲਬ ਆ ਵਾ ਕਿ ਰੇਤਾ ਤੇ ਤੁਸੀਂ ਕੋਈ ਰਖਵਾਲੀ ਰਾਤ ਨੂੰ ਜਿਹੜਾ ਮਰਜ਼ੀ ਚੁੱਕ ਕੇ ਲੈ ਜਾਵੇ ਇਹ ਸਾਡੇ ਕਾਰੀਗਰ ਵੀ ਇੱਥੇ ਹੁੰਦੇ ਆ ਇੱਥੋਂ ਕੋਈ ਵੀ ਚੁੱਕ ਨਹੀਂ ਸਕਦਾ ਰੇਤਾ ਸਾਡੀ ਭੈਣ ਗੱਲ ਸੁਣਨਾ ਜ਼ਰਾ ਇੱਕ ਰੇਤਾ ਦੀ ਰਖਵਾਲੀ ਨਹੀਂ ਤੁਸੀਂ ਹੁੰਦੇ ਹਾਂਜੀ ਇਹ ਹੁੰਦੇ ਨੇ ਇੱਥੇ ਬਸ ਤੇ ਤੁਸੀਂ ਕਿੱਥੇ ਹੁੰਦੇ ਆ ਅਸੀਂ ਵੀ ਇੱਥੇ ਹੋਈਦਾ ਉਹ ਤੂੰ ਮੇਰਾ ਇਮਤਿਹਾਨ ਲੈਣਾ ਆ ਕਿ ਸੌਦਾ ਲੈਣਾ ਆ ਉਹ ਸੌਦਾ ਨਹੀਂ ਲੈਣਾ ਆ ਰੇਤ ਲੈਣਾ ਆ ਮੈਂ ਉਹ ਇਹਨੂੰ ਰੇਤ ਦਿਓ ਜਿੰਨੀ ਚਾਹੀਦੀ ਹੈ ਕਿੰਨੀ ਚਾਹੀਦੀ ਰੇਤ ਨੂੰ ਭੈਣ ਰੇਤ ਮੈਨੂੰ ਚਾਹੀਦੀ ਆ ਉਹ ਭਾਂਡੇ ਮਾਂਜਣੇ ਆ ਗੱਲਾਂ ਤੂੰ ਐਵੇਂ ਕਰ ਰਿਹਾ ਜਿਵੇਂ ਮੇਰੇ ਕੋਲ 60 ਟਰੱਕ ਤੂੰ ਰੇਤ ਦੇ ਲੈਣੇ ਆ 200 ਕੰਟੇਨਰ ਤੂੰ ਮੇਰੇ ਕੋਲ ਸੀਮਟ ਦਾ ਲੈਣਾ ਸਵੇਰੇ ਭੇਜ ਦੇਣਾ ਯਾਦ ਦੇ ਨਾਲ ਮੈਂ ਤੁਹਾਨੂੰ ਕਹੀ ਜਾ ਰਿਹਾ ਫਿਰ ਕਿ ਯਾਦ ਨਾ ਇੰਨੀ ਕੁ ਰੇਤ ਭੇਜਣੀ ਤੁਸੀਂ ਰੇਤ ਥੋੜੀ ਜਿਹੀ ਵਧਾ ਲਓ ਤੁਸੀਂ 10 ਮਰਲੇ ਦਾ ਮਕਾਨ ਗਿਆ ਤੇ 10 ਮਰਲੇ ਚ ਇੰਨੇ ਕੀ ਬਾਂਡੇ ਆ ਇੰਨੀ ਕਿ ਥੱਪੜ ਖਾਏਗਾ ਮੇਰੇ ਕੋਲੋਂ ਅੱਛਾ ਤੁਹਾਡੇ ਕੋਲੋਂ ਥੱਪੜ ਗਾਲੀ ਤੂੰ ਪੈਸੇ ਲੈਣੇ ਇੰਨੀ ਕੁ ਰੇਤ ਦੇ ਅਸੀਂ ਅੱਲਾ ਵਾਸਤੇ ਦੇਈਦੀ ਆ ਇਹਦੇ ਨਹੀਂ ਪੈਸੇ ਹੁੰਦੇ ਚੱਲ ਦੌੜ ਓ ਯਾਰ ਭਾਈ ਤੂੰ ਕੈਸਾ ਇਨਸਾਨ ਆ ਯਾਰ ਤੇਰੇ ਸਾਹਮਣੇ ਹੀ ਆ ਮੈਂ ਲੁਕ ਜਾਣਾ ਓ ਭਾਈ ਰੇਤਾ ਚਾਹੀਦੀ ਸਵੇਰੇ ਟਾਈਮ ਓ ਯਾਰ ਰੇਤਾ ਹੀ ਪਈ ਆ ਹੋਰ ਕਸਟਰ ਦਾ ਢੇਰ ਲਾਇਆ ਓ ਭਾਈ ਗੱਲ ਸੁਣ ਟਰੱਕ ਦਾ ਕਿਰਾਇਆ ਵੀ ਤੂੰ ਦੇਣਾ ਵਾ ਬੱਸ ਦਾ ਕਿਰਾਇਆ ਵੀ ਤੂੰ ਦੇਣਾ ਮੇਰੀ ਬੱਸ ਹੋ ਗਈ ਆ ਚੱਲ ਤੇਰੀ ਖੈਰ ਹੋਵੇ ਓ ਭਾਈ ਨੇ ਮੈਂ ਤੁਹਾਨੂੰ ਕਹਿ ਤੇ ਰਿਹਾ ਐਡਵਾਂਸ ਲੈ ਲੈਣਾ ਮੇਰੇ ਕੋ ਯਾਰ ਕਿੰਨੇ ਪੈਸੇ ਐਡਵਾਂਸ ਆ ਐਡਵਾਂਸ ਤੂੰ ਸਿਰਫ ਦੁਆ ਅਸੀਸ ਕਰ ਦੇ ਸਾਡਾ ਕੰਮ ਚੱਲਦਾ ਰਵੇ ਇਹਨੂੰ ਰੇਤਾ ਪਾ ਕੇ ਦੇ ਛਾਪਰ ਚ ਥੋੜੀ ਜੀ ਓ ਛਾਪਰ ਚ ਗੱਲ ਹੀ ਬਾਣੀ ਐ ਇੰਨੀ ਰੇਤ ਚਾਹੀਦੀ ਐ ਪਾਗਲ ਆ ਤੂੰ ਇੰਨੀ ਛਾਪਰ ਜਾਣੀ ਭਲਾ ਹਕੀਮ ਐਂਡ ਕੋ ਦੇ ਕਰ ਫੋਨ ਉਹਨੂੰ ਕਹ 4 ਘੰਟੇ ਨਾਲ ਘੱਲੋ ਅਸੀਂ ਇੰਨੀ ਰੇਤ ਘੱਲਣੀ ਆ ਬੱਲੇ ਓ ਤੇਰੇ ਓ ਯਾਰ ਇੰਨੀ ਰੇਤ ਭਲਾ ਛਾਪਰ ਜਾਣੀ ਆ ਆਪ ਸਿਆਣਾ ਬੈਣਾ ਬੰਦਾ ਦੱਸ ਮੈਨੂੰ ਇੰਨੀ ਕਾਣੀ ਐ ਓ ਡਿਨਰ ਸੈੱਟ ਦਾ ਨਹੀਂ ਇੱਕ ਕੌਲੀ ਲਿਆ ਉਹ ਚ ਪਾ ਕੇ ਉਹਨੂੰ ਦੇ ਦੇ ਚੱਲ ਕੋਈ ਛੋਟੀ ਸੋਚ ਹੀ ਜਾਣਾ ਕਿ ਡਿਨਰ ਸੈੱਟ ਦੇ ਉੱਚ ਪਾ ਕੇ ਦੇ ਓਏ ਇੱਕ ਬੁੱਕ ਰੇਤ ਆਣੀ ਭਲਾ ਡਿਨਰ ਸੈੱਟ ਦੇ ਵਿੱਚ ਓ ਰਜਵਾਨ ਹਾਂਜੀ ਓ ਮਲਗਾ ਬਰਤਾਨੀਆ ਦੇ ਭਰਾ ਨੂੰ ਫੋਨ ਕਰ ਉਹਨੂੰ ਕਹ ਆਪਣੀ ਗੱਡੀ ਲਿਆ ਦੇ ਰੇਤ ਦੇਣ ਜਾਣੀ ਆ ਭਾਈ ਵੀਲਰ ਕੰਟੇਨਰ ਮੰਗਾਇਆ ਉਹ ਤਾਂ ਮਾਚਾ ਸੀ ਡੱਬੀਆਂ ਰੱਖ ਕੇ ਲਿਆ ਰਿਹਾ ਵਾ ਉਹਨਾਂ 'ਚ ਰੇਤ ਪਾ ਕੇ ਗਿਫਟ ਭੇਜਣਾ ਇਹਨਾਂ ਨੂੰ ਆਪਾਂ ਤੇ ਟਾਈਮ ਨਾਲ ਸਵੇਰੇ ਮੈਂ ਕਿ 8 ਵਜੇ ਉੱਥੇ ਆ ਜਾਣਾ ਵਾ ਭਾਂਡੇ ਮਾਂਜਣ ਵਾਲੀ ਨੇ ਤੇ ਉਹਦੇ ਕੋਲ ਪਹੁੰਚਾਣੀ ਆ ਮੈਂ ਤੁਹਾਨੂੰ ਦੱਸ ਦਿੱਤਾ ਜੇ ਉਹ ਭਾਂਡੇ ਮਾਂਜਣ ਵਾਲੀ ਰਹਿੰਦੀ ਕਿੱਥੇ ਆ ਮੈਂ ਉਹਨੂੰ 6:30 ਵਜੇ ਆਪੇ ਲੈਣ ਚੱਲ ਜਾਊਂ ਦੇ ਅੱਛਾ ਯਾਰ ਭਾਈ ਦੋਨੇ ਅੱਛਾ ਨਾਲ ਇੱਕ ਮਿਸਤਰੀ ਵੀ ਭੇਜਣਾ ਤੁਸੀਂ ਜਿਹਨੇ ਲਾਣੀ ਆ ਨਹੀਂ ਨਹੀਂ ਉਹ ਅਸੀਂ ਦੁਆ ਕਰਦੇ ਆ ਰੇਤ ਆਪੇ ਹੀ ਲੈ ਜਾਏਗੀ ਚਲੋ ਖੈਰ ਹੋਵੇ ਓ ਯਾਰ ਭਾਈ ਤੇ ਮਿਸਤਰੀ ਨੂੰ ਪੈਸੇ ਦੇ ਦਾਂਗਾ ਥੱਪੜ ਖਾਏਗਾ ਐਡਾ ਤੂੰ ਮਿਸਤਰੀ ਦਾ ਭਾਈ ਮਿਸਤਰੀ ਦੇ ਪੈਸੇ ਵੇਚੀ ਮੈਂ ਤੈਨੂੰ ਦੱਸਤਾ ਹੀ ਇਹਨਾਂ ਨੇ ਮਾਲ ਮੂਲ ਕੋਈ ਨਹੀਂ ਲੈਣਾ ਇਹਨਾਂ ਨੂੰ ਬਾਹਰ ਕਢੋ ਦੁਕਾਨੋਂ ਬਾਹਰ ਕਰ ਲੈ ਲੋ ਦਾ ਦੁਕਾਨਦਾਰੀ ਨੂੰ ਤੁਹਾਡੇ ਕੋਲ ਰੇਤ ਲੈਣ ਆਏ ਤੁਸੀਂ ਯਾਰ ਕਿਹੜੀਆਂ ਗੱਲਾਂ ਕਰ ਓ ਚੱਲ ਸਾਡੀ ਦੁਕਾਨਦਾਰੀ ਦਾ ਬੇੜਾ ਕਰ ਕਰਨ ਲੈ ਆ ਤੂੰ ਜਿੱਦਾਂ ਦੇ ਸਾਨੂੰ ਨਹੀਂ ਕਸਟਮਰ ਚਾਹੀਦੇ ਹੈਗੇ ਓਏ ਉਹਦੀ ਸ਼ਕਲ ਹੀ ਆ ਨਹੀਂ ਕਸਟਮਰ ਵਾਲੀ ਇਸੇ ਲਈ ਤਾਂ ਮੈਂ ਧੱਕਾ ਦਿੱਤਾ ਬਾਹਰ ਕੱਢਿਆ ਨੂੰ ਤੁਸੀਂ ਵੀ ਉਹਦੇ ਨਾਲ ਰਿਸ਼ਤੇਦਾਰੀਆਂ ਬਣਾ ਕੇ ਬਹਿ ਗਏ
ਉਹ ਸਵਾਲ ਹੀ ਇਦਾਂ ਦੇ ਕਰਨ ਲੱਗ ਗਿਆ ਰੋਂਦਾ ਗਾਹਕ ਬਣਨ ਨੂੰ ਕਹਿੰਦਾ ਇੰਨੀ ਗਰੇਤ ਚਾਹੀਦੀ ਹੈ ਤੇ ਕੰਟੇਨਰ